ਆਹੋ ਫਿਰ ਜਦੋਂ ਕਰਦੀ ਕਰਾਉਂਦੀ ਨੂੰ ਇਹ ਭੰਡਦੀ ਐ ਮੈਨੂੰ ਆਪੇ ਕਰ ਲਿਆ ਕਰੇ ਆਉਂਦਾ ਸਭ ਕੁਛ ਮੈਂ ਤਾਂ ਪੁੱਤ ਜੱਸੇ ਨੂੰ ਕੁਛ ਕਿਹਾ ਹੀ ਨਹੀਂ ਸੁਖਪਾਲ ਪੁੱਤ ਕਿੰਨਾ ਕਰ ਗਿਆ ਤੇਰੇ ਪੋਚਾ ਮੈਂ ਪਾਣੀ ਪੀਣਾ ਸੀ ਫਿਰ ਤੂੰ ਕਹੇਂਗੀ ਪੈੜਾਂ ਕਰਤੀਆਂ ਉਹ ਤਾਂ ਮੈਂ ਕਹੂੰਗੀ ਉਹ ਹੁਣ ਜੇ ਪੋਚਾ ਲਾਈ ਜਾਨੀਆ ਹਜੇ ਨਹੀਂ ਪੋਚਾ ਸੁੱਕਿਆ ਹੈਗਾ ਜੇ ਮੈਂ ਲਾਇਆ ਨਹੀਂ ਹੈਗਾ ਚੁੱਪ ਕਰਕੇ ਬਾਹਰ ਬਹਿ ਜਾ ਫਿਰ ਪੀ ਸੁੱਕੇ ਤੋਂ ਲੈ ਕੁੜੇ ਕਮਾਲ ਕਰਦੇ ਤੂੰ ਤਾਂ ਮੇਰਾ ਤਾਂ ਮੂੰਹ ਸੁੱਕ ਹੀ ਜਾਂਦਾ ਪਾਣੀ ਤਾਂ ਪੀਣਾ ਹੀ ਐ ਕੋਈ ਗੱਲ ਨਹੀਂ ਤੇਰੇ ਕੋਈ ਜਾਨ ਨਹੀਂ ਨਿਕਲਦੀ ਪਾਣੀ ਬਿਨਾ ਜੇ 10 ਮਿੰਟ ਜਰਾਂਤ ਕਰ ਲੇਗੀ ਮੈਨੂੰ ਪੋਚਾ ਲਾ ਲਾਂਦੇ ਜਾ ਕੇ ਬਹਿ ਚੁੱਪ ਕਰਕੇ ਫਿਰ ਪੀ ਲਈਓ ਸੁੱਕ ਗਿਆ ਨਿਕਲਦੀ ਇਹਦੀ ਜਾਨ ਮੇਰਾ ਤਾਂ ਜੀਵਣਾ ਦੱਬਰ ਕਰਿਆ ਪਿਆ ਇਹਨੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਮੈਂ ਕਰਾਂ ਕੀ ਮੁੜਿਆ ਜੱਸੇ ਪੁੱਤ ਕਹੀ ਦਾ ਬਾਹਾਂ ਟੁੱਟ ਗਿਆ ਬੇਬੇ ਦੂਜੀ ਚੱਕਣਾ ਆ ਅੱਛਾ ਚੱਕ ਲਿਆ ਫਿਰ ਹਾਂ ਲਿਓ ਨਾ ਨਾਲੇ ਪਾਣੀ ਪੀ ਲਵਾਂ ਕਿੱਧਰ ਗਈ ਸਪਾਲ ਉਹ ਤਾਂ ਪੁੱਤ ਪੋਚਾ ਲਾਈ ਜਾਂਦੀ ਹੈ ਚਲ ਮੈਂ ਪੀ ਲੈਣਾ ਜਾ ਕੇ ਫਿਰ ਹਾਂ ਨਾਲੇ ਮੈਨੂੰ ਵੀ ਲਿਆ ਦੇ ਪੁੱਤ ਪਾਣੀ ਅੱਛਾ ਲਿਆ ਦੇਣਾ ਤੁਸੀਂ ਕਿਵੇਂ ਮੁੜੇ ਕਹੀ ਦਾ ਬਾਹਾਂ ਟੁੱਟ ਗਿਆ ਯਾਰ ਦੂਜੀ ਦਾ ਮੈਂ ਤਾਂ ਦੂਜੀ ਚੱਕਣ ਆਇਆ ਅੱਛਾ ਖਾਲ ਜਿਗੜੀ ਜਾਂਦੀ ਸੀ ਮੈਂ ਤਾਂ ਪਾਣੀ ਪੀ ਲਵਾਂ ਨਾਲ ਵੀ ਕੋਈ ਆਇਆ ਤੁਹਾਡੇ ਹੋਰ ਨਾ ਨਾ ਬੇਬੇ ਨੇ ਪੀਣਾ ਤਾਂ ਅੱਛਾ ਅੱਛਾ ਬੇਬੇ ਨੇ ਉਂਗਲ ਲਾ ਕੇ ਭੇਜਿਆ ਇਹਨੂੰ ਮੈਨੂੰ ਤਾਂ ਵੜ ਦਿੱਤਾ ਨਹੀਂ ਤੂੰ ਲਿਆ ਲੈ ਬੇਬੇ ਲਿਆ ਪੁੱਤ ਜਿਉਂਦਾ ਵਸਦਾ ਰਹੇ ਇੰਨੀ ਤੇ ਲੱਗ ਰਹੀ ਸੀ ਬੇਬੇ ਬਾਲੀ ਤਿਹਾਈ ਮਰਦੀ ਸੀ ਪੁੱਤ ਮੈਂ ਤਾਂ ਤੂੰ ਜਾ ਕੇ ਪਾਣੀ ਪੀ ਲੈਂਦੀ ਕਿ ਤੈਨੂੰ ਐਂ ਤੇ ਪੋਚਾ ਲਾਈ ਜਾਂਦੀ ਐ ਬੋਲੂਗੀ ਮੈਨੂੰ ਉਹ ਪੋਚਾ ਲਾਈ ਜਾਂਦੀ ਸੀ ਪੁੱਤ ਸੁਖਪਾਲ ਲੈ ਪੋਚਾ ਲਾਈ ਜਾਂਦੀ ਤੇ ਫਿਰ ਕੀ ਹੁੰਦਾ ਹੁਣ ਤਿਹਾਈ ਥੋੜੀ ਮਰਨਾ ਸੀ ਤੂੰ ਜਾ ਕੇ ਪੀ ਲੈਂਦੀ ਗਈ ਸੀ ਪੁੱਤ ਮੈਂ ਪਾਣੀ ਪੀਣਾ ਸੁਖਪਾਲ ਮੈਨੂੰ ਕਹਿੰਦੀ ਠਹਿਰ ਕੇ ਪੀ ਆ ਕਿ ਪੋਚਾ ਸੁੱਕੇ ਤਾਂ ਲੈ ਮੈਨੂੰ ਤੇ ਇਹਦੀ ਨਹੀਂ ਸਮਝ ਆਉਂਦੀ ਚੱਲ ਕੋਈ ਨਹੀਂ ਪੁੱਤ ਤੂੰ ਨਾ ਬੋਲੀ ਫਿਰ ਤੈਨੂੰ ਪਤਾ ਮੇਰੇ ਨਾਲ ਲੜੂਗੀ ਕਹੂਗੀ ਜੱਸੇ ਨੂੰ ਉਂਗਲ ਲਾਤੀ ਬੜਾ ਠੱਠ ਕਰਿਆ ਯਾਰ ਇਹਨੇ ਤਾਂ ਚੱਲ ਕੋਈ ਨਾ ਪੁੱਤ ਹੁਣ ਮੈਂ ਪਾਣੀ ਪੀ ਲਿਆ ਹੋਰ ਲਿਆ ਕੇ ਦੇਵਾਂ ਬੇਬੇ ਪਾਣੀ ਨਾ ਚੱਲ ਛੱਡ ਛੱਡ ਕਿਉਂ ਲੈ ਲੈ ਮੈਂ ਲਿਆਵਾਂ ਦੇ ਮੈਨੂੰ ਫੜਾ ਦੇ ਗਲਾਸ ਤਾਂ ਨਾ ਬੇਬੇ ਨੇ ਹੋਰ ਪੀਣਾ ਪਾਣੀ ਅਜੇ ਅੱਛਾ ਲੈ ਬੇਬੇ ਚੱਲ ਪੁੱਤ ਤੂੰ ਲੈ ਜਾ ਕਹੀ ਫਿਰ ਠੀਕ ਹੈ ਬੇਬੇ ਫਿਰ ਤੂੰ ਟੇਢਾ ਤਰੀਕਾ ਵਰਤ ਰਿਹਾ ਹੈ ਪਾਣੀ ਪੀਣ ਦਾ ਮੈਂ ਤਾਂ ਪੁੱਤ ਪਹਿਲਾਂ ਹੀ ਕਹੀ ਜਾਂਦੀ ਸੀ ਮੈਂ ਕਿਹਾ ਸੁਖਪਾਲ ਕਿਤੇ ਐ ਨਾ ਕਹਦੇ ਵੀ ਜੱਸੇ ਨੂੰ ਪਾਣੀ ਲੈਣ ਮੇਰੀ ਬੇਬੇ ਨੇ ਭੇਜਤਾ ਉਹ ਤਾਂ ਪੁੱਤ ਆਪ ਪਾਣੀ ਪੀਣ ਵਾਸਤੇ ਅੰਦਰ ਜਾਂਦਾ ਸੀ ਉਹਨੂੰ ਮੈਂ ਕਹਿਤਾ ਵੀ ਮੈਨੂੰ ਵੀ ਲਿਆ ਦੇ ਪੁੱਤ ਜੇ ਤੂੰ ਅੰਦਰ ਜਾਂਦਾ ਹੀ ਐ ਮੈਂ ਤੇਰੀਆਂ ਸਾਰੀਆਂ ਚਲਾਕੀਆਂ ਸਮਝਦੀ ਆ ਬੇਬੇ ਰਹਿਣ ਦੇ ਤੂੰ ਜੇ ਮੈਂ ਤੇਰਾ ਲਹੂ ਪੀਣ ਤੇ ਆ ਗਈ ਤਾਂ ਤੂੰ ਬਹੁਤ ਪਛਤਾਵੇਂਗੀ ਮੈਂ ਤੈਨੂੰ ਕੀ ਕਿਹਾ ਸੁਖਪਾਲ ਜੱਸਾ ਆਉਂਦਾ ਸੀਗਾ ਪੁੱਤ ਪਾਣੀ ਪੀਣ ਅੰਦਰ ਤਾਂ ਮੈਂ ਪਾਣੀ ਨੂੰ ਜੱਸੇ ਨੂੰ ਕਹਿਤਾ ਕਹਿਤਾ ਨਾ ਤੇਰੀ ਜਾਨ ਨਿਕਲਦੀ ਸੀ ਪਾਣੀ ਬਿਨਾ ਜੇ ਥੋੜਾ ਚਿਰ ਹੋਰ ਖੜ ਜਾਂਦੀ ਜਰਾਂਤ ਕਰ ਲੈਂਦੀ ਮੜੀ ਮੱਟੀ ਮੈਂ ਤਾਂ ਜਰਾਂਤ ਕਰੀ ਲਈ ਤੀ ਜੱਸਾ ਆਉਂਦਾ ਸੀਗਾ ਤਾਂ ਉਹਨੂੰ ਮੈਂ ਕਹਿਤਾ ਮੈਂ ਕਿਹੜਾ ਝੂਠ ਬੋਲਦੀ ਆ ਮੈਂ ਤਾਂ ਉਰੇ ਬੈਠ ਗਈ ਸੀ ਅਖੇ ਮੈਂ ਕਿਹੜਾ ਝੂਠ ਬੋਲਦੀ ਆ ਮੈਂ ਤਾਂ ਕਹਿਣਾ ਕੀ ਕਹਿਣਾ ਕੀ ਕਹਿਣਾ ਹੁਣ ਤੂੰ ਮੈਨੂੰ ਕੁਝ ਕਰਾ ਕੇ ਹਟੇਂਗੀ ਇਹ ਵਾਹਿਗੁਰੂ ਮੈਂ ਤਾਂ ਆਪਦੇ ਘਰ 'ਚ ਵੀ ਨਹੀਂ ਪਾਣੀ ਪੀ ਸਕਦੀ ਜਾਦੀ ਨਾਲ ਕਿੱਥੋਂ ਮੇਰੇ ਚੜੇਲ ਪੱਲੇ ਪੈ ਗਈ ਜਿਉਣਾ ਤਾਂ ਉੱਭਰ ਕਰਿਆ ਪਿਆ ਮੇਰਾ ਤਾਂ ਹੇ ਰੱਬਾ ਹੈਂ
अज इन्हें रोटी का ना ही नहीं लेता, 11:30 हो गए। मैं तो रोटी खा के दवाई लेनी सी। चल आप ही चक के खा ला फिर, होर की करा। हैं डब्बा खाली पी है, अज तो इन्हें रोटी पकाई हुई नहीं। फिर लकमाल हो गई, मैं तो रोटी खा के दवाई लेनी सी, रोटी नहीं लाही इन्हें। तो सुखपाल पुत रोटी ला ही नहीं तैं। अजे मैं ला ही नहीं, जे कमां तो टाइम मिलूगा दूजे कमां तो वेली होऊंगी फिर रोटी लाऊंगी। तू चुप करके बह जा, जे मैं वेली हो गई आपे रोटी ला लूं, बाहर जाके बह जा आपे फड़ा दूं तैनूं। 10 बजे तक दवाई लेनी जरूरी है पुत, 11:30 हो गए, फिर मैं दोपहर वाली कदों लाऊंगी टाइम देख। मैं तेरे दवाई ठेका लेता है, रोटी उदों पकूगी जदों वेली होऊंगी, जे तैनूं बाली काली आपे बना के खा लै। चल कोई नहीं पुत, फिर मैं आप ला लैनी आ दो रोटी। ला लै, तैनूं की जवाब दित्ता किसे ने। आ गए तुसी? हाँ। की कहना फिर? मैंनू उत्थे सद के बाणी आप रिश्तेदारी च तुर गया, 2 घंटे बैठा रहा उत्थे मनीम कोले। ले दस फिर, हैरान करन वाली गल ही है ना, कोई कम आ दा ही जा। जदों आया फिर मैं तो झाड़िया। मैं तू मैनू सद के आप रिश्तेदारी च तुर गया, कोई मेरे तो गल ही नहीं याद रही हैगी। मैं कहा सेठ जी मैनू फिर सद लेंदे तुसी जे कम ती, मैं फिर आ जांदा। मैं 2 घंटे तो मैं उरे बैठा रहा, उदों तो मैं दोबारे भी आ जांदा, 100 कम करदा मैं तां। लै के चेता भुल गया ती, फिर करे हिसाब किताब। हाँ देख लिया, वो पिछले ही देखना थी हिसाब किताब, जो फर्क तर्क जहा वो कड लिया हूँ फर्क। उदा का टाइम ही नहीं दिता, आप तो उदे बग जाते को 55,000 रुपया देने हूँ सारा। यदा अच्छा आ कर देंगे हूँ, बस फसल आई तो आ मीह कणी जी तू रह जाए ना बचत जे, फिर वह नवेड़ी देवे इतके ये कोई नहीं रखते हूँ। होर पानी लिया मैं सू लिया दे। हिंड करके बुढ़ी ने रोटी लाए ली, जरात नहीं कर सकी। चल कोई ना, मेरे लोट आ जाते कदे। आ गया पुत जसे? हाँ बेबे हूँ खानी है रोटी तू? हाँ पुत, फिर सुखपाल काम धंधा करती सी, मैं आख्या चल आप ही ला लैनी दो रोटियां, मैं दवाई लेनी है ना फिर रोटी खा के। होर पुत मैं तो लेट ही बाला होगी, फिर निरने काल जी तेन पता ही है ना दवाई लेनी नहीं चाहती ना। बेबे तू आलू वाला परौंठा नहीं खाधा तड़के? आलू वाला परौंठा पकाया सी। हाँ असीं तां खाधे थी दो, मैं कि तेन फड़ाता होगा इन्हें। ना पुत मैंने तो नहीं फड़ाया। चल कोई गल नहीं, ना बेबे नु तड़के आलू वाला परौंठा दिता नहीं तू? ना मैं दिता नहीं है, परौंठा भारी होंगे, मैं उम्र के हिसाब से रोट नहीं होना बेबे चल नहीं जाना। उम्र के हिसाब से पहला कदे खादा नहीं बेबे ने? घट खा लें ना, तेनू पता तो है इन्हें दवाई लेनी होंगी है, तू ला नहीं सकती थी 2 रोटियां आप ही पका के लियाई है? उतो 12:15 का टाइम हो रहा है ना, मैं क्या करा जो 12:15 का टाइम हो रहा है, मैं रोटी लाने लगी थी हूँ, जरात नहीं कर सकी 10 मिनट आके सोनू उंगल लाने लग गई। मैं तो पुत कुछ नहीं कहा। बेबे ने मेरे कोई उंगल नहीं लाई, मेरी गल सुन लै सुखपाल, तू सही नहीं यह कम करती, दिनों दिन बेबे नाल सलूक माड़ा करती है नहीं तू? ना जी बेबे ने 2 रोटियां चाप ला के खा लिया तो मेरा सलूक माड़ा हो गया, अज तक बेबे नूं मई ला के फड़ाउंदी रही मंजे बैठी रोटियां, फिर की हो गया जे 2 रोटियां ला लिया लोड़ा आ गया। ना तू लाहे ना, तेरा फर्ज नहीं बनता, तू बेबे दे तुरन फिरन दी पाबंदी ला रखी है घर च, आखरे घर दी मालकण है इह। ना मैं ते की पाबंदी लाती, एवें मनो मना मना उंगलां लाई जांदे तैनूं। माड़ा तमीज नाल गल कर, ना तैनूं की हुंदा? मैं सोनूं दसदा इहदे पिछे लग के मेरे नाल वध घट बोलण दी लोड़ नहीं हैगी, आपदियां रोटियां बेशक ला लिया करे नाले उहदे धोलिया करे कपड़े। आहो इही तां तू चाहुंदी है? आहो फिर जो करदी कराउंदी नहीं भंडदी है मैनू, आपे कर लिया करे आंदा सब कुछ। मैं तां पुत जस्से नूं कुछ कहा ही नहीं। आ कहिंदी मैं कहा नहीं जस्से नूं कुछ, मैं सब चलाकियां नूं जानदी आं तेरियां नूं, आपदियां रोटी तां आप ही ला लिया कर, बस दसदा मैं तैनूं। मेरी गल सुन ले, मेरा दिमाग ना खराब कर, बेबे दी रोटी भी तैनूं लाउणी पऊ, कपड़े भी तैनूं धोने पैणे। जमा नहीं लाउंदी मैं तां, ला ला जोर जमा नहीं लाउंदी, दसदा मैं तैनूं भी।
चल कोई ना पुत्त, मैं आप ला लिया करूँ आपदियाँ दो रोटियां, लीड़े भी धो लिया करूँ औखी सौखी, आपां कानू खर्च कलेश पाउणा है। कलेश तां हुण पै गया बेबे, दिमाग बड़ा खराब हो रहा इहदा कुछ। बेबे मैं जाना दीगा खेत, रोटी पका दंदी। लिया दनी पुत दो रोटियां पका के तेन हूँ बना लियो। नहीं मैं प्रोग्राम वधिया सी बेबे, उन्नो दे आना कल सरपंचनी का। हाँ तेरा करा ने मैं मन्या थी। और पक गया भाई तू जा फिरदी। और ले मेरे भरा आंदा सुखा। हाँ कुड़े हाड़ी तो पहला पहला ठीक करवा लीए। मैं इधर आये छोटे पिंड कनी किसी मैं जी दिखा के लिया, चल भैन को भी जाया राणी मिले। चल ठीक है वधिया हो गया। ਹੋਰ ਸਪਾਲ ਪੈਣ ਹੋਰ ਠੀਕ ਨੇ ਮਾਸੀ? ਹਾਂ ਹਾਂ ਠੀਕ ਨੇ ਵਧੀਆ। ਮੈਂ ਵੀ ਜਾਣਾ ਸੀ ਮਿਲਣ, ਵਾਹਵਾ ਦਿਨ ਹੋ ਗਏ ਮੈਂ ਇੱਥੋਂ ਜਾਇਆ ਹੀ ਨਹੀਂ ਗਿਆ, ਜਾਊਂਗੀ ਹੁਣ। ਅੱਛਾ ਅੱਛਾ ਜਾਇਆ ਫਿਰ ਮਾਰ ਲਿਓ ਗੇੜਾ। ਹਾਂ ਜਾਊਂਗੀ। ਹੈ ਮਾਸੀ ਮਿਸਤਰੀ ਨਾਲ ਕੋਈ ਦਿਹਾੜੀ ਦਾ ਪੈਸੇ ਨਹੀਂ, ਇਹ ਆਪ ਹੀ ਰਲਾ ਲੈਂਦਾ ਸਮਿੰਟ? ਹਾਂ ਪੁੱਤ ਆਪ ਹੀ ਰਲਾ ਲੈਂਦਾ, ਦਿਹਾੜੀਆਂ ਤਾਂ ਲਾਇਆ ਹੀ ਨਹੀਂ ਅਸੀਂ ਨੇ। ਅੱਛਾ ਤਾਂ ਹੀ ਇਹਨੂੰ ਲਿਆਉਂਦੇ ਹਾਂ ਅਸੀਂ, ਇਹਦਾ ਇਹੀ ਸੁੱਖ ਹੈ ਨਾ, ਆਪ ਹੀ ਰਲਾ ਲੈਂਦਾ ਆਪ ਹੀ ਇੱਟਾਂ ਚੱਕ ਲੈਂਦਾ। ਫਿਰ ਤਾਂ ਠੀਕ ਹੈ ਮਾਸੀ, ਮਾੜੇ ਮੋਟੇ ਕੰਮ ਵਾਸਤੇ ਉਹਨੇ ਦਿਹਾੜੀ ਲੈ ਲੈਂਦਾ ਪੈਸੇ। ਹੋਰ ਠੀਕ ਹੈ ਬਾਈ, ਕੁਰਸੀ ਲਿਆ ਕੇ ਦੇਵਾਂ ਸੁੱਖੇ? ਨਾ ਨਾ ਭੈਣ ਠੀਕ ਹੈ ਬਸ, ਸੋਰੀ ਲੋਟ ਹੈ ਮੈਂ ਕੁਰਸੀ 'ਤੇ ਬਹਿ ਜੀ। ਹੋਰ ਨਾ ਨਾ ਆਪਣਾ ਤਾਂ ਕੰਮ ਹੀ ਐਸਾ, ਤੁਹਾਨੂੰ ਪਤਾ ਹੈ ਮੈਂ ਜਾਣਾ। ਚੱਲ ਵਧੀਆ ਪੁੱਤ, ਕੰਮ ਤਾਂ ਕੀ ਮਾੜਾ ਹੈ ਬਾਈ। ਹੋਰ ਖੜ ਖੜ ਕੇ ਸੌਦੇ ਕਰਨੇ ਪੈਂਦੇ, ਕਿੱਥੇ ਕੁਰਸੀ ਦਾ ਟਾਈਮ ਹੁੰਦਾ, ਬਚ ਵੀ ਜਾਂਦਾ ਕੁਛ ਪੂਰਾ ਜੇ ਬਚਦੇ ਆ ਤਾਂ ਫਿਰਦੇ ਆ। ਹੋਰ ਪੁੱਤ ਚਾਰ ਪੈਸੇ ਬਣਦੇ ਨੇ। ਚੱਲ ਹੋਰ ਮਾਸੀ, ਹੋਰ ਭੈਣੇ ਬੱਬੀ ਬਾਈ ਠੀਕ ਹੈ? ਹਾਂ ਬਾਈ ਠੀਕ ਹੈ, ਆਉਂਦਾ ਰਹਿੰਦਾ ਫੋਨ, ਉਹਦਾ ਤਾਂ ਪੁੱਛਦਾ ਹੁੰਦਾ ਤੁਹਾਡਾ ਵੀ ਹਾਲ ਚਾਲ। ਉਹ ਤਾਂ ਦੱਸਿਆ ਸੀ ਮੈਨੂੰ ਮਾਸੀ ਨੇ ਫੋਨ ਵਾਲਿਆ। ਠੀਕ ਹੈ ਵਧੀਆ ਹੋ ਗਿਆ ਬੇਬੇ, ਸੁੱਖਾ ਆਪਣੇ ਕੋਲ ਆ ਕੇ ਵੱਗ ਗਿਆ। ਮੇਰਾ ਤਾਂ ਬਾਲੀ ਜੀ ਕਰਦਾ ਸੀ ਪੇਕੇ ਜਾਣ ਨੂੰ, ਹੁਣ ਬੇਬੇ ਵਾਪਸੀ ਤੋਂ ਬਾਅਦ ਭਾਈ ਹੋਈ ਹੈ, ਇਹਨਾਂ ਨਾਲ ਹੀ ਪੇਕੇ ਨੇ। ਚੱਲ ਆਏ ਆ ਬੇਬੇ, ਇਹਨਾਂ ਕੋਲ ਜਾ ਕੇ ਮਨ ਜਾ ਠੀਕ ਹੋ ਜਾਂਦਾ ਭਾਈ ਭਰਜਾਈ ਕੋਲ। ਹਾਂ ਇਹ ਤਾਂ ਹੈਗਾ ਹੀ ਆ ਪੁੱਤ, ਪੇਕੇ ਘਰ ਜਾ ਕੇ ਕਿਹਦਾ ਨਹੀਂ ਮਨ ਠੀਕ ਹੁੰਦਾ। ਚੱਲ ਬਾਪੂ ਤਾਂ ਵਿਚਾਰਾ ਪਹਿਲਾਂ ਤੁਰ ਗਿਆ ਸੀ, ਜਦੋਂ ਬੇਬੇ ਮੁੱਕੀ ਉਦੋਂ ਬਾਅਦ ਤਾਂ ਮੇਰਾ ਜਮੀ ਜੀ ਨਹੀਂ ਕਰਦਾ ਸੀ ਉਸ ਘਰ 'ਚ ਜਾਣ ਨੂੰ, ਮਨ ਹੀ ਨਹੀਂ ਲੱਗਦਾ ਸੀ ਮਾਂ ਤੋਂ ਬਿਨਾਂ। ਸੁੱਖਾ ਵੀ ਤੇਰੇ ਸਾਹਮਣੇ ਕਿੰਨੇ ਗੁੱਸਾ ਕਰਦਾ ਹੁੰਦਾ ਸੀ ਵੀ ਤੂੰ ਸਾਡੇ ਕੋਲ ਆਉਂਦੀ ਨਹੀਂ ਭੈਣੇ। ਮੈਂ ਕਰਦੀ ਕਿ ਜਦੋਂ ਮੇਰਾ ਮਨ ਨਾ ਲੱਗਦਾ ਉੱਥੇ ਜਾ ਕੇ, ਮੈਂ ਤਾਂ ਸਾਰਾ ਦਿਨ ਐਂ ਝਾਕੀ ਜਾਂਦੀ, ਕੰਧਾਂ ਕਣੀ ਸੁੰਨਾ ਸੁੰਨਾ ਲੱਗਦਾ। ਰਾਤ ਨੂੰ ਪਈ ਐਂ ਝਾਕੀ ਜਾਂਦੀ ਵੀ ਮਾਂ ਨਾਲ ਹੀ ਘਰ ਸੀ, ਦੇਖੇ ਕਿੰਨਾ ਐਂ ਜੇ ਲੱਗਦਾ, ਚਾਹੇ ਭਾਈ ਭਰਜਾਈ ਹੈਗੇ ਨੇ, ਹੁਣ ਮਾੜਾ ਜਿਹਾ ਮਨ ਲੱਗਣ ਲੱਗਿਆ ਬੇਬੇ। ਹਾਂ ਪੁੱਤ ਹੁਣ ਮੈਂ ਸਮਝਦੀ ਹਾਂ ਤੇਰੀ ਗੱਲ ਨੂੰ, ਤੇਰੀ ਬੇਬੇ ਮੁੱਕੀ ਨੂੰ ਟਾਈਮ ਹੋ ਗਿਆ, ਸਮਾਂ ਬੀਤਣ ਨਾਲ ਪੁੱਤ ਮਨ ਨੂੰ ਸੱਚ ਜਾਣ ਲੱਗ ਜਾਂਦਾ, ਫਿਰ ਬਾਕੀ ਫਿਰ ਬੰਦੇ ਦਾ ਦਿਮਾਗ ਹੀ ਇਹੋ ਜਿਹਾ ਹੋ ਜਾਂਦਾ। ਸਹੀ ਗੱਲ ਹੈ ਬੇਬੇ। ਹਾਂ ਰਾਣੀ ਆ ਫੋਨ ਵੱਜੀ ਜਾਂਦਾ ਮੈਨੂੰ ਲੱਗਦਾ, ਹੈ ਚੱਕ ਕੇ ਲਿਆਈ ਮਾੜਾ ਜਿਹਾ ਲਿਆਉਣੀ ਬੇਬੇ? ਪੱਪੀ ਆਣੇ ਤੋਂ ਜੱਸੇ ਬਾਈ ਦਾ ਫੋਨ, ਗੱਲ ਕਰ ਲੈ ਤੂੰ ਕੰਮ ਹੋਣਾ। ਹੈਲੋ ਹਾਂ ਪੁੱਤ ਸਤਿ ਸ਼੍ਰੀ ਅਕਾਲ, ਠੀਕ ਹੈ ਪੁੱਤ ਸਾਰੇ, ਤੂੰ ਦੱਸ? ਅੱਛਾ ਸੁੱਖ ਸਾਂ ਦਾ ਪੁੱਤ। ਠੀਕ ਹੈ ਕੋਈ ਨਾ ਆ ਜਾਂਦੀ ਹਾਂ ਫਿਰ ਮੈਂ। ਚੰਗਾ ਚੰਗਾ ਪੁੱਤ ਚੰਗਾ। ਕੀ ਹੋ ਗਿਆ ਬੇਬੇ, ਸੁੱਖ ਸਾਂ ਦਾ? ਆ ਕੇ ਸੁਖਪਾਲ ਸਾਨੂੰ ਤੰਗ ਕਰਦੀ ਹੈ ਕਿ ਤੂੰ ਆ ਜਾ ਬੇਬੇ ਉਰੇ।
अच्छा यह जी की गल हो गई इन्हें च नहीं आए मैं मारी जाता है मेरी कुड़ी ने की तंग करना इन्हों चल कोई ना मैं जा आनी आ घेरा चल ठीक है मैं भेजा आया घेरा दसो भाई गल की हो गई गल की होनी है बेबे इधर दिमाग खराब हो गया ठीक करके जा तू मेरा कहना दिमाग खराब हो गया दिमाग खराब तेरा है तेरी माँ ने करता उंगला ला ला के देख ले बेबे तेरे सामने आ सलीका इधर बोलन दा ना तैनू बोलन दा सलीका वाले मेरी गल सुन ला सपाल मेरा पारा ना चढ़ा तू एक मिनट पता तो लगे गल की हुई है की गल हुई है सोडे च मैनू आए तो पता लगे मेरी माँ ते इन्हें ना घरे तुरन फिरन की पाबंदी ला रखी है जे इन मतलब पानी की तो भी लगती है जे पोचा मारती होरे बेबे की ऐ हिम्मत नहीं हैगी भी पोचा मारती को पानी पीण बग जूगा हाँ जिन्ना चिर पोचा सुकता नहीं बाकी का यह टाइम तो बेबे रोटी नहीं दी जान बुझ के हैरान करती है जिमें कोई बदला लेना होंगे बेबे तो मैं बहुत चिर का देखी जाना ये कनी बहुत बारी मैं समझाने की कोशिश कर ली इनू मेरी माँ ने बहुत मुश्किलों पाल पोस के बड़ा किया मैनू यदि कुरबानी मैं भुल नहीं सकता मेरी माँ सही व्यवहार होना चाहिए पर ये कन्न तो जू नहीं सरकती एक हफ्ता हो गया हूँ मैनू रोटी नहीं पका के दी ये आपदियां पका के मौज ना मेरे सामने बैठ के खा जाती है ये हरेक गल ते बेबे इहदा पख लैंदा है उंगला ला ला के इहनू पड़काई जांदी है फिर ऐसे तू खा लिया करे रोटियां जदों मेरे कीते किराए दी कोई कदर ही नहीं हैगी एक दिन इहदी मां ने दो रोटियां ला लिया दोने जने मेरे सिर ते चढ़ गए मैं ते तैनू कुछ नहीं कहा सुखपाल तू रहन दे बेबे तू मिस नहीं है इहनू उंगला ला के मूहरे कर देनी आप तू पिछे हो जानी है मैं ते अज तक पुत इहनू कोई उंगल नहीं लाई इहनू आप तो किहड़ा पता नहीं लगदा जस्से नू ना जे ते दो रोटियां ला लिया तेरे किहड़ा हत्थ खस गए अगे मैं ही ला ला देनी तेन रोटियां फिर की हो गया आ पुछ ला बेबे नू ना फिर भैन जी जो सुखपाल सोनू अगे पिछे रोटी फड़ाउंदी थी एक दिन नाल फिर की लोड़ा आ गया तुस तो हरेक गल ते मेरी तीन झूठा करी जाने हो ये तो बहुत गलत गल है सोडी लै कमाल होगी बेबे मैं तो तेनू ऐ सद्या थी तू माड़ा मोटा समझाएगी इनू तू तो एदे ही पख लैन लग गई पख पुत मैं एदे ही लैना है जदों मैनू दिस ही जांदा है एदा कोई कसूर ही नहीं एक दिन जे भैन जी नू रोटी लाउणी पैगी तुस तो बड़ा ही मसला बना लिया किधर ही मैनू फोन करता मेरी गल सुन लै भैन जी मैनू तो छड्डो ये तो मेरे पुत नू भी रोटी देना हट गई आखिर एदा ये घर वाला है इहनू कुछ तो सोचना चाहिए इहनू तुसी छोटा मसला समझ लिया जे मैं अज तक नहीं बोली एदा मतलब फिर मेरे नाल कुछ भी करी जावे पर हुण तुसी मैं मजबूर करती जिहड़ा ये कहिंदी है ना सुखपाल आके मैं इहनू रोटियां फड़ाउंदी हुंदी सी जिहड़ा ये कहिंदी है ना सुखपाल आके मैं इहनू रोटियां फड़ाउंदी हुंदी सी मैनू पता जिवें मेरे नाल करदी सी एक रोटी फड़ाउंदी सी कुत्तियां वांगू प्लेट बगा के मारदी सी जे मैं दूजी रोटी वांगनी हुंदी 20 वारी बाजा मारदी 20 वारी जे मैं आप चक्कण बग जांदी फिर रसोई च मैनू बंदा चंगा बाला ही कुछ बोलदी कोई रोटी लंघदी थी मेरे ओह कोई मैं रोटी खाण चो खाण खांदी थी जदों मैनू यह रोटी फड़ाउंदी मच सड़ के रोटी फड़ाउंदी जस्सा घरे नहीं हुंदा ती जदों ना मैनू रोटी खाणी बहुत मुश्किल हुंदी थी रोटी मंगत्या वांगू मंग मंग लियाउणी इह तों जदों जस्सा घरे हुंदा सी इहदे कोले होर तो कोई हल नहीं हुंदा ती जां मेरी सब्जी च नूण वध पा दिंदी जै मिर्चा पा दें पता नहीं यह की बैर कर दी है मेरे नाल मैं तो जस्से को गल नहीं करती भी दोने जिया का कलेस ना पैजे जस्सा कि न्याणा है ये देख लैंदा भाई तुरदा फिरदा भी की कर दी है मेरी माँ नाल एवें झूठ जे ना मारी जा बेबे चुप करके बह जा कोई झूठ नहीं मारती मैं अज सब सच दस के हटू मैं बस बेबे इन्होंने तो मथे होया है भी तेरे सामने किसी लोटे गलत साबित करना है असी की गलत साबित करना है घटो घट तेरी बेबे ने तो पता लगना चाहिए सच्चाई का हाँ मैनू भी थोड़े दिनों का पता लगे भी बेबे नाल की कुछ करती रही है जो भैने यह मेरे पुत नू रोटी फड़ाउणा हट गई मेरे मन च गुस्सा थी फिर दसिया मैं सारिया जस्से ने हुण मेरी इज्जत करनी भुल गई यह तू कह के गल कर दी मेरे नाल जदों फिर तू अपनी मां दे पिछे लग के मैनू दुख देवेगा मेरे मुंह च तो फिर तू ही निकलूगा अच्छा अच्छा मैनू बेबे ने दोनों ने बहुत दुखी करया होया है बस 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 चुप कर जा ला देख ला कुड़े तुसी सही हो गए मेरी कुड़ी गलत हो गई है तुसी भी गल्ला बना के मैनू दसन लग गए तू तो ऐ दसी जाने जे मैं सारी दुनिया तो मेरी कुड़ी माड़ी हो गई अच्छा फिर एदा मतलब तैनू साडियां गल्लां ते कोई यकीन ही नहीं बेबे ना मेरी कुड़ी ने रो रो बुरा हाल कर लिया मैं सोडियां गल्लां ते की यकीन करा अच्छा फिर तो कम औखा है जो माँ ने धीनू सह देती इन्हें सानू रोटियां कदियां देनियां ने चल कोई ना तू नाल ही ले जा इहनू उत्थे तैनू तो दे दिया करू इज्जत माण दी रोटी खा लो तुसीं तां की मतलब तेरा तू मेरी कुड़ी नू छड्डेगा ना रोटी तो सानू ये पका के दे नहीं सकदी असीं की करवाउणा तां तू नाल ही ले जा इहनू साडी नहीं निभणी हुण इहदे नाल कोई गल नहीं बेबे तैनू इहनां दी मिन्नत करन दी कोई लोड़ नहीं हैगी भाईदार वाहन तां इक्को जिहे हुंदे ने चल कोई ना कर लिओ जिवें तुहाडा लोट आउंदा है किरां तां तुसीं ले जाओ इहनू इत्थों कोई ना पुत जी कोई ना ले जांगे चल बेबे इहनां नाल वध घट बोलण दी कोई लोड़ है कोई ना देख लांगे आपां चल फिर पुत चक कपड़ा लीड़ा चलीए आपां जाउणी है बेबे मैं
चल आ जा बेबे। चल चल पुत, तैं इनू कानू भेजना थी। होर बेबे हल भी दस केड़ा तीगा, इहदी मां तां इहदी बोली बोलदी तीगी, मेरा तां दिमाग खराब हो गया थी। कोई ना बग जाण दे, कोई गल नहीं, इहदा काम ही खराब हो गया बेबे। घरों कढ़न वाली गल करी उहने, अगे लै जा इहनू आपदे नाल। मेरी तां इह सलाह है बब्बी नाल करके ना गल, थाने दरखास्त दे गए उहनां ते। कोई गल नहीं बेबे, ठंडे दिमाग नाल कम करना पऊगा। इह आपां नूं जिहड़ी वी कोई गल करनी है ਪਿੱਛੋਂ ਸਾਰੀ ਉਮਰ ਫਿਰ ਇਹੀ ਗੱਲਾਂ ਦਾ ਕਲੇਸ਼ ਪੈਂਦਾ ਰਹਿੰਦਾ ਹੈ। ਜੋ ਵੀ ਕਰਨਾ ਬੇਬੇ ਆਪਾਂ ਸੋਚ ਸਮਝ ਕੇ ਕਰਨਾ ਹੈ। ਹੁਣ ਸੋਚਣ ਵਾਲੀ ਚ ਕਿਹੜੀ ਗੱਲ ਆ ਭਾਬੀ, ਜਦੋਂ ਥਾਣੇ ਫੜਾਏ ਨਾ ਤਾਂ ਉਹਨੇ ਮਾਂ ਪੁੱਤ ਫੇਰ ਸਿੱਧੇ ਹੋਣਗੇ। ਕੋਈ ਗੱਲ ਨੀ, ਬੱਬੀ ਨਾਲ ਗੱਲ ਕਰਾਈ ਮੇਰੀ, ਫਿਰ ਕਰਦੇ ਆ ਗੱਲ ਵੀ ਇਹਨਾਂ ਦਾ ਕੀ ਕਰਨਾ। ਹਾਂ ਕਰਾ ਦੂੰਗੀ ਬੇਬੇ, ਕੋਈ ਗੱਲ ਨੀ, ਤੁਸੀਂ ਫਿਕਰ ਨਾ ਕਰੋ, ਸਾਰੇ ਹੱਲ ਨਿਕਲੇ ਆਉਂਦੇ ਹੁੰਦੇ ਨੇ। ਕੋਈ ਨਾ, ਤੁਸੀਂ ਚਾਹ ਪਾਣੀ ਪੀਓ, ਮੈਂ ਲਿਆਉਣੀ ਆ ਬਣਾ ਕੇ। ਭੁੱਖਣ ਪਾਣੀ ਆਏ ਵੀ ਨੀ ਕਿਹਾ ਤੇਰੀ ਸੱਸ ਨੇ ਵੀ ਰੋਟੀ ਖਾ ਕੇ ਬੰਗਿਓ। ਹੈਲੋ, ਹਾਂ ਬੱਬੀ ਬਾਈ, ਠੀਕ ਹੈ। ਉਹ ਬਾਈ ਇਹਦੇ ਦੁਖੀ ਹੋ ਕੇ ਕਦਮ ਚੱਕਿਆ ਸੀ ਐਡਾ, ਫੋਨ ਸਾਡਾ ਜੀ ਨਹੀਂ ਕਰਦਾ ਸੀ ਕੋਈ। ਬੱਬੀ ਦਾ ਫੋਨ ਆਇਆ ਸੀ ਅੱਜ ਮੇਰੇ ਕੋਲ ਇਹਦੇ ਭਾਈ ਦਾ, ਉਹਨੂੰ ਮੈਂ ਦੱਸੀਆਂ ਫਿਰ ਸਾਰੀਆਂ ਗੱਲਾਂ। ਮੈਨੂੰ ਕਹਿੰਦਾ ਆਪਾਂ ਮਸਲਾ ਨਿਬੇੜੀਏ ਕਿਸੇ ਲੋਟ। ਮੈਂ ਕਿਹਾ ਮੈਨੂੰ ਤਾਂ ਨਹੀਂ ਲੱਗਦਾ ਵੀ ਮਸਲਾ ਨਿਬੜ ਜੂਗਾ, ਤੇਰੀ ਬੇਬੇ ਤਾਂ ਮੈਂ ਕਿਹਾ ਪੂਰੀ ਹਮਾਇਤ ਕਰਦੀ ਆ ਉਹਦੀ, ਉਹ 'ਚ ਕਸੂਰ ਕੱਢਣ ਨੂੰ ਤਿਆਰ ਹੀ ਨਹੀਂ ਹੈਗੀ। ਕਹਿੰਦਾ ਕੋਈ ਨਾ ਮੈਂ ਕਰਦਾ ਘਰੇ ਗੱਲ। ਹਾਂ ਫਿਰ ਠੀਕ ਆ ਗੱਲ ਤੇਰੀ, ਮਸਲਾ ਕਾਹਦਾ ਨਿਬੜਨਾ, ਜਦੋਂ ਉਹਦੀ ਮਾਂ ਤਾਂ ਗਲਤੀ ਕੱਢਣ ਨੂੰ ਆਪਦੀ ਧੀ 'ਚ ਤਿਆਰ ਨਹੀਂ ਹੈ। ਨਹੀਂ ਦਿਮਾਗ ਤਾਂ ਮੁੱਕ ਉਹਦੀ ਮਾਂ ਦਾ, ਧੀ ਲੜਾਕੀ ਆ, ਮਾਂ ਮੂਰਖ ਹੈ। ਨਾ ਹੈ ਨਹੀਂ ਗਾ, ਦੇਖ ਲਈ ਉਦੇ ਨਾ। ਬੱਬੀ ਨੇ ਪੁੱਤਰ ਥਾਣੇ ਜਾਣ 'ਚੋਂ ਤਾਂ ਮੈਨੂੰ ਰੋਕਤਾ, ਕਹਿੰਦਾ ਮੈਂ 6 ਮਹੀਨਿਆਂ ਨੂੰ ਛੁੱਟੀ ਆਊਂਗਾ, ਉਦੋਂ ਕਰਾਂਗੇ ਗੱਲ। ਠੀਕ ਹੈ ਬੇਬੇ, ਕੋਈ ਗੱਲ ਨਹੀਂ, ਬਸ ਮੈਂ ਉਹ ਕਰੇ ਤਾਂ ਜਾਣਾ ਹੀ ਨਹੀਂ ਹੈਗਾ, ਮੈਂ ਤਾਂ ਤਲਾਕ ਲੈਣਾ ਬਸ, ਹੁਣ ਨਹੀਂ ਮੈਂ ਉੱਥੇ ਜਾਂਦੀ। ਤਲਾਕ ਹੀ ਲੈਣਾ ਪਊਗਾ, ਜਿਹੋ ਜਿਹੇ ਉਹਨਾਂ ਦੇ ਲੱਛਣ ਨੇ, ਜਦੋਂ ਸਹੁਰੇ ਤੰਗ ਕਰਨ ਨੂੰ ਹੀ ਨਾ ਹਟਣਾ, ਹੋਰ ਬੰਦਾ ਦੱਸ ਕੀ ਕਰੇ ਫਿਰ। ਉਹੀ ਤਾਂ ਗੱਲ ਹੈ ਬੇਬੇ, ਨਾਲੇ ਜਿੱਦੇ ਮੈਂ ਉਹਨੂੰ ਫੋਨ ਕਰਤਾ ਨਾ ਵੀ ਤਾਂ ਮੈਂ ਤਲਾਕ ਲੈਣਾ, ਤੈਨੂੰ ਮੈਂ ਰੋਂਦਾ ਦਿਖਾਊਂ ਜੱਟ ਨੂੰ ਰੋਂਦਾ, ਦੇਖੀ ਜਾਈ ਤੂੰ। ਮੈਨੂੰ ਸਾਰਾ ਪਤਾ ਬੇਬੇ, ਉਹ ਮੈਨੂੰ ਛੱਡ ਨਹੀਂ ਸਕਦਾ, ਪਰ ਜਿੱਦੇ ਮੈਂ ਪੱਕਾ ਫੈਸਲਾ ਲੈ ਲਿਆ ਫਿਰ ਮੈਂ ਤਲਾਕ ਲੈ ਕੇ ਛੱਡੂੰਗੀ, ਜਿੰਨਾ ਮਰਜ਼ੀ ਰੋਈ ਜਾਵੇ ਫਿਰ ਉਹ। ਆਹੋ ਫਿਰ, ਜਾਂ ਤਾਂ ਫਿਰ ਮਾਂ ਪੁੱਤ ਮਿੰਟਾਂ ਕਰਨ। ਕੋਈ ਨਾ ਤੂੰ ਦੇਖਦੀ ਚੱਲ, ਮੈਂ ਇਹਨੂੰ ਨਾ ਕਰਦੀ ਕੀ ਆ। ਸਖਪਾਲ ਸੋਲੂਆ ਕਰ ਦੇਂਗੀ ਭੈਣੇ, ਜੇ ਤੈਨੂੰ ਸੋਲੂਆ ਫੜਾਦਾ, ਮੇਰੇ ਹੋਰ ਕੰਮ ਪੈਣੇ ਤਾਂ ਮੈਂ ਗੋਹਾ ਪੱਥਿਆਉਂਗੀ ਨੇ, ਭਾਂਡੇ ਭੁੰਡੇ ਮਾਂਜ ਦੂੰਗੀ, ਕੱਪੜੇ ਧੋਣ ਵਾਲੇ ਪੈਣੇ, ਤੂੰ ਉਹਨੇ ਟਾਈਮ 'ਚ ਕੱਢ ਦੇਂਗੀ। ਚੱਲ ਲਿਆ ਦੇ। ਹਾਂ ਮਾਮੀ ਦਾ ਸੁਭਾਅ ਵਾਲਾ ਚੰਗਾ, ਐਵੇਂ ਕਹਿ ਦਈਏ। ਹਾਂ ਗੱਲ ਤਾਂ ਤੇਰੀ ਸਹੀ ਹੈ। ਸਖਪਾਲ ਮੜਾ ਦਾਲ ਦੇਖ ਲੇਂਗੀ ਭੈਣ, ਮੈਂ ਦਾਲ ਧਰੀ, ਮੈਂ ਗੁਰੂ ਘਰ ਮੱਥਾ ਟੇਕ ਲਾ, ਦੇਖ ਲੂੰ ਕੋਈ ਨਾ। ਚੱਲ ਇਹ ਤਾਂ ਮੈਂ ਵਿਹਲੀ ਬੈਠੀ ਜਰੀ ਨਹੀਂ ਜਾਂਦੀ ਹੈਗੀ। ਚੱਲ ਕੋਈ ਨਾ ਪੁੱਤ, ਦੇਖ ਲੈ, ਇਹਨੇ ਜਾਣਾ ਹੁੰਦਾ ਮੱਥਾ ਟੇਕਣਾ, ਰੋਜ਼ ਹੀ ਜਾਂਦੀ ਹੈ ਇਹ, ਅੱਜ ਤਾਂ ਸੌਂਗਾ ਲੇਟ ਹੋ ਗਈ। ਆਹੋ ਹੋ ਗਈ ਲੇਟ। ਰਾਣੀ ਆਏ ਪਏਗੀ ਤੂੰ ਮਸ਼ੀਨ ਕੋਲ ਕੱਪੜੇ ਧਰ ਕੇ, ਪੁੱਤ ਧੋ ਦਿੰਦੀ ਪੁੱਤ ਕੱਪੜੇ ਤੂੰ। ਮੈਂ ਆਥਣੇ ਪਾ ਕੇ ਜਾਣਾ ਨਵਾਂ ਸੂਟ, ਲੰਬਰਦਾਰਨੀ ਦੇ ਪੋਤੇ ਦਾ ਜਨਮ ਦਿਨ ਹੈਗਾ। ਬੇਬੇ ਮੇਰਾ ਤੜਕੇ ਦਾ ਨਾ ਸਿਰ ਦੁਖੀ ਜਾਂਦਾ, ਇੱਕ ਲਖਤ ਘਬਰਾਹਟ ਜੀ ਹੋਣ ਲੱਗ ਗਈ, ਪਤਾ ਨਹੀਂ ਤਾਂ ਬੁਖਾਰ ਚੜੂਗਾ। ਸੁਖਪਾਲ ਭੈਣੇ ਮਾੜੇ ਤੂੰ ਧੋ ਦੇ ਕੱਪੜੇ। ਮੇਰਾ ਭੈਣੇ ਚਿੱਤੇ ਜਾਣੀ ਠੀਕ, ਸਿਰ ਵਾਲਾ ਜ਼ਿਆਦਾ ਫੱਟੀ ਜਾਂਦਾ। ਨਾ ਤੇਰਾ ਭਾਬੀ ਕਲੋਂ ਚਿੱਤ ਠੀਕ ਹੁੰਦਾ, ਤੈਨੂੰ ਤਾਂ ਬਸ ਐਂ ਰਹਿੰਦਾ ਕਿਸੇ ਨਾ ਕਿਸੇ ਬਹਾਨੇ ਨਾਲ ਨਾ ਸੁਖਪਾਲ ਨੂੰ ਕੰਮ ਤੇ ਲਾ ਦਾਂ ਬਸ। ਲੈ ਕਮਾਲ ਹੋ ਗਈ ਅੜੀਏ, ਮੈਂ ਤਾਂ ਤੈਨੂੰ ਛੇਤੀ ਕੰਮ ਨੂੰ ਕਹਿੰਦੀ ਹੋਈ ਨਹੀਂ। ਦੇਖ ਤੂੰ ਜਮੀ ਨਹੀਂ ਕਹਿੰਦੀ ਮੈਨੂੰ ਕੰਮ ਨੂੰ।
ਕਾਹਨੂੰ ਕਹਿਣੀ ਹੈ ਤੂੰ ਕੰਮ ਨੂੰ ਨਾ ਮੈਂ ਤਾਂ ਤੈਨੂੰ ਸ਼ੀਸ਼ੇ ਦੇ ਕੰਮ ਨੂੰ ਕਹਿੰਦੀ ਨਹੀਂ ਜੇ ਜ਼ਮੀਨ ਆ ਸਰੇ ਮੈਂ ਤਾਂ ਤੈਨੂੰ ਤਾਂ ਕਹਿਣੀ ਆ ਜੇ ਕਹਿ ਵੀ ਦਿੰਦੀ ਫਿਰ ਕਿੱਡੀ ਕੁ ਗੱਲ ਹੋ ਗਈ ਬਹੁਤ ਵੱਡੀ ਗੱਲ ਹੋ ਗਈ ਤੂੰ ਅੰਦਰੋਂ ਅੰਦਰੀ ਮੇਰੇ ਨਾਲ ਖਾਰ ਖਾਨੀ ਹੈ ਤੂੰ ਮੌਕੇ ਭਾਲਦੀ ਰਹਿਣੀ ਹੈ ਵੀ ਕਿਸੇ ਨਾ ਕਿਸੇ ਕੰਮ ਨੂੰ ਕਹਾਂ ਬੇਲੀ ਕਿਉਂ ਫਿਰਦੀ ਆ ਵੀ ਰਹੇ ਨਾ ਨਾ ਸੁਖਪਾਲ ਮੈਂ ਤੇਰੇ ਨਾਲ ਕੋਈ ਖਾਰ ਨਹੀਂ ਖਾਂਦੀ ਬਾਕੀ ਮੈਂ ਇਹ ਜੀ ਹੈ ਨਹੀਂ ਗੀ ਮੈਂ ਜੇ ਤੈਨੂੰ ਕੋਈ ਕੰਮ ਨੂੰ ਕਹਿ ਵੀ ਦਿੱਤਾ ਫਿਰ ਕਿੱਡੀ ਕੁ ਗੱਲ ਹੋ ਗਈ ਮੇਰੇ ਚਿੱਤੇ ਜਾਂ ਨਹੀਂ ਠੀਕ ਤੀ ਮੈਂ ਤੈਨੂੰ ਤਾਂ ਕਹਿਤਾ ਬਸ ਬਸ ਸਾਰੇ ਤੂੰ ਬਹਾਨੇ ਮਾਰਦੀ ਹੈ ਮੈਨੂੰ ਸਾਰਾ ਪਤਾ ਤੇਰਾ ਜਾਣਦੀ ਹਾਂ ਮੈਂ ਤੈਨੂੰ ਕੀ ਜਾਣਦੀ ਹੈ ਤੂੰ ਮੈਨੂੰ ਨਹੀਂ ਤੁਸੀਂ ਚੁੱਪ ਕਰ ਜਾਓ ਚੁੱਪ ਨਹੀਂ ਕਰਨਾ ਹੁਣ ਚੱਲ ਸੁਖਪਾਲ ਤੂੰ ਤੋ ਦੇ ਕੱਪੜੇ ਮੈਂ ਤੈਨੂੰ ਦੁੱਧ ਜਾਂਦੇ ਹੈਗੇ ਤੋ ਦੇ ਕੱਪੜੇ ਵੇਲੀ ਬੈਠੀ ਨਹੀਂ ਜਾਂਦੀ ਚੱਲ ਕੋਈ ਗੱਲ ਨਹੀਂ ਬੇਬੇ ਮੈਂ ਤੋ ਦਿੰਦੀ ਹਾਂ ਕੱਪੜੇ ਅੱਗ ਲੱਗੇ ਮੇਰਾ ਚਿੱਤਾ ਦੁੱਖਦੇ ਸੁੱਖਦੇ ਵੀ ਨਹੀਂ ਕੰਮ ਦਾ ਸੁੱਖ ਆਏਗਾ ਇੰਨਾ ਚੰਗੀਆਂ ਭਲੀਆਂ ਚ ਪਤਾ ਨਹੀਂ ਕਿਉਂ ਝੱਜੂ ਪੈਣ ਲੱਗ ਗਿਆ ਰਾਣੀ ਮੇਰੀ ਗੱਲ ਸੁਣ ਮੈਂ ਠੇਕਾ ਫੜ ਕੇ ਲਿਆਈ ਤੀ ਜ਼ਮੀਨ ਦਾ ਬਾਕੀ ਪੈਸੇ ਤਾਂ ਮੈਂ ਆਪਦੇ ਖਾਤੇ 'ਚ ਕਰਾ ਤੇ ਜਮ੍ਹਾਂ ਆਹ 15,000 ਰੁਪਇਆ ਸਾਂਭ ਲਾ ਕਬੀਲਦਾਰੀ 'ਚ ਕੰਮ ਆਊਗਾ 6,000 ਰੁਪਇਆ ਰਹਿੰਦਾ ਹਜੇ ਉਹਨਾਂ ਘਰੀ ਠੀਕ ਹੈ ਬੇਬੇ ਜਦੋਂ ਮੈਂ ਕੁਮਾਰੀ ਹੁੰਦੀ ਤੀ ਬੇਬੇ ਮੈਨੂੰ ਫੜਾਉਂਦੀ ਹੁੰਦੀ ਘਰ ਦੀ ਕਬੀਲਦਾਰੀ ਵਾਲੇ ਪੈਸੇ ਬੱਬੀ ਬਾਈ ਤਾਂ ਸ਼ੁਰੂ ਤੋਂ ਘੱਟ ਰਿਹਾ ਕਰੇ ਬਾਅਦ 'ਚ ਚਲੋ ਵਾਰੀ ਵੱਗ ਗਿਆ ਹੁਣ ਭਾਬੀ ਮਹਾਰਾਣੀ ਬਣੀ ਫਿਰਦੀ ਹੈ ਕੋਈ ਗੱਲ ਨਹੀਂ ਦੇਖ ਲੈ ਜੱਸੇ ਕਿੰਨੇ ਮਹੀਨੇ ਹੋ ਗਏ ਉਹਨੂੰ ਕੋਈ ਪਰਵਾਹ ਹੀ ਨਹੀਂ ਨਹੀਂ ਬੰਦੇ ਨੂੰ ਐਂ ਹੁੰਦਾ ਵੀ ਮੇਰਾ ਘਰ ਨਾ ਟੁੱਟ ਜੇ ਫਰਕ ਤਾਂ ਸਮਾਂ ਵੱਧਦਾ ਹੀ ਵੱਧਦਾ ਜਾਂਦਾ ਕੋਈ ਗੱਲ ਨਹੀਂ ਬੇਬੇ ਜੇ ਬਾਹਲੀ ਆਕੜ ਹੈ ਉਹ 'ਚ ਕੋਈ ਨਾ ਅਕਲ ਟਿਕਾਣੇ ਮੈਂ ਵੀ ਫਿਰ ਲਿਆ ਕੇ ਹਟੂੰ ਉਹਦੀ ਰਾਣੀ ਆ ਬਾਂਤੇ ਦੇ ਘਰ ਵਾਲੀ ਨਾ ਪੈਸੇ ਫੜਾ ਕੇ ਗਈ ਹੈ 1,000 ਰੁਪਇਆ ਪਿਛਲੇ ਮਹੀਨੇ ਲੈ ਗਈ ਤੀ ਨਾ ਆਪਣੇ ਤੋਂ ਅੱਛਾ ਲਿਆ ਬੇਬੇ ਸਾਂਭਦੇ ਇਹਨੂੰ ਦੇਗੀ ਮੇਰੇ ਬਾਂਤੇ ਬਹੁ ਪੈਸੇ ਹਾਂ ਪੁੱਤ ਦੇਗੀ ਲੈ ਬਾਬੀ ਮੈਨੂੰ ਫੜਾ ਦੇ ਇਹ ਜਦੋਂ ਕੋਈ ਚੀਜ਼ ਵਾਸਤੇ ਲੋੜ ਹੋਈ ਮੈਂ ਤਾਂ ਫੜ ਲਿਆ ਕਰੋ ਲੈ ਫੜਾ ਚੱਲ ਕੋਈ ਨਾ ਜਿਹੜਾ ਮਰਜ਼ੀ ਰੱਖ ਲਓ ਲੈ ਦੇਣ ਵਾਲਾ ਆਪ ਕਿੱਥੇ ਦੇ ਕੇ ਜਾਂਦਾ ਪੈਸੇ ਹਾਰ ਕੇ ਆਪ ਜਾ ਕੇ ਲੈ ਕੇ ਆਈ ਆਂਗੀ ਠੇਕੇ ਦਾ 6,000 ਰੁਪਇਆ ਰਹਿੰਦਾ ਸੀ ਨਾ ਅੱਛਾ ਚੱਲ ਵਧੀਆ ਕਰਿਆ ਬੇਬੇ ਹਾਂ ਆ ਲੈ ਫੜੋ ਲਿਆ ਫੜਾ ਬੇਬੇ ਉਰੇ ਲਿਆ ਬੇਬੇ ਮੈਨੂੰ ਫੜਾ ਕੱਲ ਨੂੰ ਜਦੋਂ ਤੂੰ ਆਪਦੇ ਘਰੇ ਵਾਗੀ ਸੁਖਪਾਲ ਉਦੋਂ ਵੀ ਬੇਬੇ ਨੇ ਪੈਸੇ ਮੈਨੂੰ ਹੀ ਫੜਾਉਣੇ ਨੇ ਕੋਈ ਗੱਲ ਨਹੀਂ ਮੈਥੋਂ ਮੰਗ ਲਈ ਤੂੰ ਜਦੋਂ ਤੈਨੂੰ ਲੋੜ ਹੋਈ ਤੇ ਤੂੰ ਮੰਗ ਲਈ ਭਾਬੀ ਮੈਥੋਂ ਫਿਰ ਜਦੋਂ ਮੈਂ ਜਾਊਂਗੀ ਜੇ ਮੈਂ ਪੈਸੇ ਫੜ ਲੈਣੀ ਆ ਤੈਨੂੰ ਕਹਦਾ ਵੀ ਜਮਾ ਹੋਇਆ ਮੇਰੇ ਤੇ ਜਦੋਂ ਤੇ ਘਰ ਦੇ ਵਿੱਚ ਵਿਆਹ ਕੇ ਨਹੀਂ ਆਈ ਤੀ ਉਦੋਂ ਬੇਬੇ ਨੂੰ ਪੁੱਛਦਾ ਪੈਸੇ ਕਿਹਨੂੰ ਫੜਾਉਂਦੀ ਹੁੰਦੀ ਤੀ ਫਿਰ ਕੀ ਹੋ ਗਿਆ ਜਦੋਂ ਤੂੰ ਹੁੰਦੀ ਸੀ ਇਸ ਘਰ 'ਚ ਉਦੋਂ ਤੈਨੂੰ ਫੜਾਉਂਦੀ ਸੀ ਪੈਸੇ ਬੇਬੇ ਹੁਣ ਮੈਂ ਵਿਆਹ ਕੇ ਆ ਗਈ ਬੇਬੇ ਮੈਨੂੰ ਫੜਾਉਂਦੀ ਆ ਪੈਸੇ ਹੁਣ ਸਾਰੀ ਉਮਰ ਮੈਂ ਹੀ ਹਿਸਾਬ ਕਿਤਾਬ ਰੱਖਣਾ ਗਾ ਇਸ ਘਰ 'ਚ ਨਾ ਤੇਰਾ ਵਾਲਾ ਘਰ ਭਾਬੀ ਇਹ ਮੇਰਾ ਘਰ ਹੈ ਨਹੀਂ ਇਹ ਤੂੰ ਦੱਸ ਬੇਬੇ ਮੇਰਾ ਘਰ ਹੈ ਨਹੀਂ ਇਹ ਕਈਆਂ ਜਿਹੀਆਂ ਗੱਲਾਂ ਕਰਦੀਆਂ ਸੁਖਪਾਲ ਘਰ ਤੇਰਾ ਹੈਗਾ ਕਿਉਂ ਨਹੀਂ ਫਿਰ ਇਹ ਕਿਉਂ ਤਿੰਗੜੀ ਫਿਰਦੀ ਹੈ ਮੈਂ ਤਾਂ ਕੋਈ ਨਹੀਂ ਤਿੰਗੜੀ ਤੂੰ ਤਿੰਗੜਦੀ ਹੈ ਮੇਰੇ ਨਾਲ ਬਕਵਾਸ ਨਾ ਕਰ ਭਾਬੀ ਤੂੰ ਬਕਵਾਸ ਨਾ ਕਰ ਮੇਰੇ ਨਾਲ ਮਾੜੀ ਮੋਟੀ ਤਮੀਜ਼ ਨਾਲ ਗੱਲ ਕਰ ਲੈ ਨਾ ਤੈਨੂੰ ਤਮੀਜ਼ ਵਾਲੀ ਹੈ ਹੈ ਮੈਂ ਕਿੱਦਾਂ ਹੀ ਦੇਖੀ ਜਾਂਦੇ ਤੇਰੇ ਮੂੰਹ ਕਨੀ ਮੈਂ ਤਾਂ ਕਹਿੰਦੀ ਚੱਲ ਕੀ ਕਹਿਣਾ 20 ਦੇਖੀਆਂ ਤੇਰੇ ਵਰਗੀਆਂ ਮੈਂ ਵੀ ਤੇਰੇ ਵਰਗੀਆਂ 20 ਦੇਖੀਆਂ ਨੇ ਕਿਤੇ ਭਲੇਖੇ 'ਚ ਨਾ ਰਹਿ ਜੀ ਠਹਿਰ ਜਾ ਨਹੀਂ ਤੂੰ ਦੱਸ ਮੇਰਾ ਕੀ ਕਰ ਲੇਂਗੀ ਦੱਸ ਮੇਰਾ ਕੀ ਕਰ ਲੇਂਗੀ ਤੂੰ ਕੀ ਕਰ ਲੇਂਗੀ ਮੇਰਾ ਮਾਰਾ ਤਾਂ ਕਹਣਾ ਮੰਜੇ ਤੇ ਡਿੱਗ ਜਾਂਗੀ ਜਾ ਕੇ ਦੇਖ ਕੇ ਦਿਖਾ ਤੂੰ ਮੈਂ ਤਾਂ ਗਾਲ ਨਾ ਘਟਾ ਨਹੀਂ ਆਪਦਾ ਰਾਣੀ ਬਾਲਾ ਬੋਲਣ ਦੀ ਲੋੜ ਨਹੀਂ ਚੁੱਪ ਕਰ ਜਾ ਤੂੰ ਲੈ ਫੜ ਸੁਖਪਾਲ ਪੈਸੇ ਲੜਾਈ ਟਾਲੋ ਬੇਬੇ ਤੂੰ ਵੀ ਆਪਦੀ ਧੀ ਦੀ ਬਣ ਗਈ ਤੂੰ ਇਸੇ ਨੂੰ ਰੱਖ ਮੈਂ ਤਾਂ ਜਾਂਦੀ ਹਾਂ ਜਾ ਵਗ ਜਾ ਇਸ ਤੇ ਚੱਕੀ ਲੈਣਾ ਲੈ ਕਮਾਲ ਹੋ ਗਈ ਇਹਦੀ ਜਾਣਦੇ ਬੇਬੇ ਜਾਂਦੀ ਜਾਣਦੇ ਕੋਈ ਗੱਲ ਨਹੀਂ ਭੈਣੇ ਮੇਰੀ ਗੱਲ ਸੁਣ ਮੈਨੂੰ ਬੱਬੀ ਬਾਈ ਦਾ ਫੋਨ ਆਇਆ ਸੀ ਉਹਨੇ ਤੇਰੇ 'ਚ ਕੋਈ ਦੋਸ਼ ਨਹੀਂ ਕੱਢਿਆ ਉਹ ਕਹਿੰਦਾ ਸਾਰਾ ਕਸੂਰ ਮੇਰੀ ਭੈਣ ਦਾ ਤੂੰ ਐਂ ਕਰ ਕਹਿੰਦਾ ਰਾਣੀ ਨੂੰ ਛੱਡਿਆ ਪਿੰਡ ਨਾ ਬਾਈ ਮੈਂ ਨਹੀਂ ਜਾਣਾ ਉੱਥੇ ਮੈਂ ਤਾਂ ਉੱਧੇ ਜਾਊਂਗੀ ਉੱਥੇ ਜਿੱਦੇ ਸੁਖਪਾਲ ਵਾਗੀ ਉੱਥੋਂ ਕਾਮਲ ਜਾਨੀ ਮਾਰ ਦਿੰਦੇ ਭੈਣੇ ਜਦੋਂ ਬਾਈ ਤੇਰੇ ਨਾਲ ਹੈ ਤੈਨੂੰ ਸੁਖਪਾਲ ਦੀ ਕੀ ਪਰਵਾਹ ਨਹੀਂ ਬਾਈ ਮੇਰੇ ਨਾਲ ਫਿਰ ਘਾਟੋ ਕਲੇਸ਼ ਰਹੂਗਾ ਸੁਖਪਾਲ ਦਾ ਹੁਣ 2 ਮਹੀਨਿਆਂ ਨੂੰ ਬਹਿਰੀਨ ਤੋਂ ਆ ਜਾਊਗਾ ਬੱਬੀ ਮੈਂ ਉਦੋਂ ਵਗ ਜੂੰਗੀ ਲੈ ਜੂਗਾ ਆ ਕੇ ਚੱਲ ਤੇਰੀ ਮਰਜ਼ੀ ਹੈ ਭੈਣੇ ਊਂ ਮੈਂ ਤੇਰੀ ਸੱਸ ਕੋਲ ਇੱਕ ਵਾਰੀ ਜ਼ਰੂਰ ਜਾ ਕੇ ਆਊਂਗਾ ਮੈਂ ਤਾਂ ਮਾੜਾ ਜੀ ਕਿਹਾ ਤੀ ਆਪ ਹੀ ਗੁੱਸਾ ਕਰਕੇ ਤੁਰ ਗਈ ਮੇਰੀ ਗੱਲ ਸੁਣ ਮਾਸੀ ਪਹਿਲਾਂ ਤਾਂ ਕਦੇ ਤੁਹਾਡੇ 'ਚ ਇਹੋ ਜਿਹਾ ਕੁਛ ਹੋਇਆ ਨਹੀਂ ਸੁਰ ਤਾਂ ਦੋਨਾਂ ਦੀ ਵਧੀਆ ਬਣਦੀ ਸੀ ਬਾਕੀ ਮੇਰੀ ਗੱਲ ਸੁਣ ਭੈਣ ਮੇਰੀ ਏ ਜਿਹਨ ਜੀ ਮੈਨੂੰ ਰਾਣੀ ਭੈਣ ਹੈ ਉਹਰ ਜੀ ਮੈਨੂੰ ਤੂੰ ਹੈ ਤੂੰ ਆਪਦਾ ਸੁਭਾਅ ਬਦਲ ਭੈਣੇ ਅਤੇ ਆਪਦਾ ਘਰ ਵਸਾ ਦੂਜੀ ਸਲਾਹ ਤੈਨੂੰ ਦਿੰਦਾ ਮਾਸੀ ਤੂੰ ਬਾਹਲੀ ਵੱਡੀ ਮੂਰਖਤਾ ਕਰੀ ਇਹਨੂੰ ਸ਼ਹਿ ਦੇ ਕੇ ਜਦੋਂ ਇਹਦੇ ਸਹੁਰਿਆਂ ਨੇ ਤੈਨੂੰ ਸੱਦਿਆ ਸੀ ਵਿਚਾਰਿਆਂ ਨੇ ਦੁਖੀ ਹੋ ਕੇ ਸੱਦਿਆ ਹੋਊ ਜੇ ਭੈਣ ਉਹਨਾਂ ਤੋਂ ਦੁਖੀ ਸੀ
ਤਾਂ ਇਹਨੇ ਸੱਦਣਾ ਸੀ ਤੈਨੂੰ ਜਾਂ ਤੇਰੇ ਕੋਲ ਆਉਣਾ ਸੀ ਇਹਨੇ। ਪਰ ਤੂੰ ਆਪਦੀ ਧੀ ਦਾ ਪੱਖ ਲੈ ਕੇ ਤੂੰ ਆਪਦੀ ਧੀ ਦਾ ਘਰ ਹੀ ਜਾਲ ਬੈਠੀ। ਹਾਲਾਂਕਿ ਤੇਰਾ ਫਰਜ਼ ਬਣਦਾ ਸੀ ਤੂੰ ਇਹਨੂੰ ਸਮਝਾ ਕੇ ਆਉਂਦੀ ਵੀ ਤੂੰ ਆਪਦਾ ਸੁਭਾਅ ਬਦਲ ਲੈ ਭਾਈ। ਚੁੱਪ ਕਰ ਜਾ ਬਾਈ, ਬੜਾ ਸਿਆਣਾ ਨਹੀਂ ਬਣੀਦਾ ਹੁੰਦਾ, ਬਥੇਰਾ ਭੱਜ ਦਿੰਦਾ ਤੇ। ਚੱਲ ਠੀਕ ਹੈ ਭੈਣੇ, ਚੰਗਾ ਮਾਸੀ। ਬੇਬੇ ਤੂੰ ਕਿਵੇਂ ਸੋਚੀ ਡੁੱਬ ਗਈ, ਇਹ ਤਾਂ ਉਹੀ ਮਾਰੀ ਜਾਂਦਾ ਦੀਪਕਾਈ। ਗੱਲਾਂ ਇਹਦੀਆਂ ਸੱਚੀਆਂ ਤੀਆਂ ਸੁਖਪਾਲ, ਮੇਰੀ ਬਹੁਤ ਵੱਡੀ ਬੇਕੂਫੀ ਤੀ ਜਿਹੜੀ ਤੇਰੇ ਸਹੁਰਿਆਂ 'ਚ ਕਸੂਰ ਕੱਢ ਕੇ ਤੈਨੂੰ ਮੈਂ ਉੱਥੋਂ ਲੈ ਆਈ। ਤੇਰਾ ਸੁਭਾਅ ਹੀ ਨਹੀਂ ਸਹੀ ਸੁਖਪਾਲ, ਤੂੰ ਇਹਨੂੰ ਬਦਲ ਕੇ ਆਪਦੇ ਘਰੇ ਵਗ ਜਾ, ਤੂੰ ਆਪਦੀ ਜ਼ਿੰਦਗੀ ਨਾ ਖਰਾਬ ਕਰ ਪੁੱਤ। ਨਾ ਹੁਣ ਤੈਨੂੰ ਮੇਰਾ ਸੁਭਾਅ ਮਾੜਾ ਲੱਗਣ ਲੱਗ ਗਿਆ ਹੈ ਬੇਬੇ। ਤੂੰ ਮੇਰੇ ਆਖੇ ਲੱਗ ਪੁੱਤ, ਚੱਲ ਤੇਰੇ ਸਹੁਰੀ ਚੱਲੀਏ, ਉਹਨਾਂ ਤੋਂ ਮਾਫ਼ੀ ਮੰਗੀਏ ਪੁੱਤ, ਤੂੰ ਆਪਦਾ ਘਰ ਵਸਾ। ਮੈਂ ਨਹੀਂ ਜਾਣਾ ਬੇਬੇ ਕਿਤੇ, ਮੈਂ ਉਹਨਾਂ ਮੂਹਰੇ ਝੁਕਣਾ ਨਹੀਂ ਹੈਗਾ, ਮੈਂ ਨਹੀਂ ਜਾਂਦੀ ਹੈਗੀ। ਚੱਲ ਤੇਰੀ ਮਰਜ਼ੀ ਹੈ ਪੁੱਤ। ਮੈਂ ਤੈਨੂੰ ਵਾਰੀ ਵਾਰੀ ਸਮਝਾਉਣਾ ਸੁਖਪਾਲ, ਤੂੰ ਆਪਦਾ ਸੁਭਾਅ ਬਦਲ ਲੈ। ਇੱਕ ਵਾਰੀ ਲੰਘਿਆ ਬੇੜਾ ਮੁੜ ਕੇ ਨਹੀਂ ਹੱਥ ਆਉਂਦਾ ਹੁੰਦਾ। ਮੈਨੂੰ ਨਹੀਂ ਸੁਭਾਅ ਬਦਲਣ ਦੀ ਲੋੜ, ਤੁਸੀਂ ਆਪਦਾ ਸੁਭਾਅ ਬਦਲ ਲਓ, ਤੁਸੀਂ ਬੇਬੇ ਮਗਰ ਨਾ ਲੱਗਿਆ ਕਰੋ। ਮੈਨੂੰ ਲੱਗਦਾ ਮੱਛੀ ਵਾਂਗੂ ਤੂੰ ਪੱਥਰ ਚੱਟੇ ਬਗੈਰ ਮੁੜਨਾ ਨਹੀਂ, ਪਰ ਐਂ ਨਾ ਹੋਵੇ ਕਿਤੇ ਜਦੋਂ ਤੂੰ ਮੁੜੇ ਉਦੋਂ ਨੂੰ ਸਾਰੇ ਰਾਹ ਬੰਦ ਹੀ ਹੋ ਜਾਣ। ਇਹ ਦੱਸਦਾ ਤੈਨੂੰ ਮੈਂ, ਕੋਈ ਕਚਹਿਰੀ ਚੋਂ ਸੀ ਸੰਮਣਾ ਵਾਲਾ, ਕਹਿੰਦਾ ਕਿ ਤੁਹਾਡੇ ਸੰਮਣਾ ਨੇ ਆ ਦੇਖੇ ਪੁੱਤ। ਬੇਬੇ ਦਾ ਤਲਾਕ ਦੇ ਕਾਗਜ਼ ਭੇਜੇ ਨੇ ਜੱਸੇ ਨੇ। ਅੱਛਾ, ਭੇਜਣੇ ਤੇ ਫਿਰ ਇੱਕ ਦਿਨ ਚੱਲ ਨਿਬੜ ਜੂ ਕੰਮ। ਨਾ ਨਾ ਬੇਬੇ, ਮੈਂ ਤਲਾਕ ਨਹੀਂ ਦੇਣਾ ਉਹਨੂੰ। ਫਿਰ ਉਹਦੇ ਮਿੰਨਤ ਕਰ ਲੈ ਤੂੰ, ਚੱਲੀਏ ਆਪਾਂ, ਮੰਨ ਜੂ ਜੇ ਉਹ ਹੈ। ਬੇਬੇ ਮੰਨ ਜੂਗਾ ਹੁਣ ਉਹ? ਮੈਨੂੰ ਕੀ ਪਤਾ ਭਾਈ, ਤੈਨੂੰ ਪਤਾ ਹੋਊ। ਸਾਰੀ ਗਲਤੀ ਸਾਡੇ 'ਚ ਸੀ ਪੁੱਤ, ਅਸੀਂ ਤਾਂ ਇੱਥੋਂ ਮਾਫ਼ੀ ਮੰਗਣ ਆਏ ਹਾਂ, ਸਾਰਾ ਕਸੂਰ ਹੀ ਸੁਖਪਾਲ 'ਚ ਸੀ। ਹੁਣ ਤਾਂ ਸਮਾਂ ਲੰਘ ਚੁੱਕਿਆ ਬੇਬੇ। ਸੁਖਪਾਲ, ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ, ਇਹ ਨਾ ਹੋਵੇ ਤੂੰ ਪੱਥਰ ਚੱਟ ਕੇ ਮੁੜੇ। ਹੁਣ ਤੇਰੇ ਰਾਹ ਸਾਰੇ ਬੰਦ ਹੋ ਗਏ, ਮੇਰੇ ਕੋਲ ਆਉਣ ਦਾ ਹੁਣ ਕੋਈ ਫਾਇਦਾ ਨਹੀਂ, ਤੀਰ ਕਮਾਨੋਂ ਨਿਕਲ ਚੁੱਕਿਆ, ਹੁਣ ਤਾਂ ਮੈਂ ਤਲਾਕ ਹੀ ਲੈਣਾ ਤੇਥੋਂ। ਨਾ ਨਾ, ਤੁਸੀਂ ਐਂ ਨਾ ਕਰੋ, ਮੈਨੂੰ ਮਾਫ਼ ਕਰ ਦੀ ਜੱਸੇ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ, ਇੱਦੂ ਮੁੜ ਕੇ ਮੈਂ ਕੋਈ ਗਲਤੀ ਦਾ ਮੌਕਾ ਨਹੀਂ ਦਿੱਤਾ। ਮੈਂ ਬੇਬੇ ਦਾ ਵੀ ਨਾ ਆਪਦੀ ਬੇਬੇ ਤੋਂ ਵੱਧ ਕੇ ਸਤਿਕਾਰ ਕਰੂੰਗੀ ਜੱਸੇ, ਇੱਕ ਵਾਰੀ ਮੈਨੂੰ ਮਾਫ਼ ਕਰ ਦਿਓ, ਬਸ ਇੱਕ ਵਾਰੀ ਮਾਫ਼ ਕਰ ਦਿਓ। ਬੇਬੇ ਇਹਨੂੰ ਕਹਿੰਦੇ ਮੇਰੇ ਪੈਰ ਫੜਨ ਦੀ ਲੋੜ ਨਹੀਂ ਹੈਗੀ, ਇਹ ਤਲਾਕ ਤਾਂ ਹੁਣ ਹੋ ਕੇ ਰਹੂਗਾ। ਜੱਸੇ ਮੇਰੀ ਗੱਲ ਤਾਂ ਸੁਣੋ, ਇੱਕ ਵਾਰੀ ਮੇਰੀ ਗੱਲ ਸੁਣ ਲਓ, ਗੱਲ ਤਾਂ ਸੁਣੋ ਮੇਰੀ ਇੱਕ ਵਾਰੀ। ਭੈਣ ਜੀ ਤੁਸੀਂ ਸਮਝਾਓ ਉਹਨੂੰ, ਅਸੀਂ ਤਾਂ ਤੁਹਾਡੇ ਪੈਰੀ ਹੱਥ ਲਾ ਦੇਣੇ ਆ। ਮੈਂ ਤਾਂ ਭੈਣੇ ਪਹਿਲੇ ਦਿਨ ਹੀ ਇਹਨਾਂ ਦਾ ਘਰ ਉੱਜੜ ਨਹੀਂ ਦੇਣਾ ਚਾਹੁੰਦੀ ਸੀ। ਬਾਕੀ ਸੁਖਪਾਲ ਨੂੰ ਤਾਂ ਪਤਾ ਹੀ ਹੈ ਇਹਦੇ ਬਾਰੇ, ਇਹ ਜਿਹੜੀ ਗੱਲ ਦਾ ਸਟੈਂਡ ਲੈ ਲੇ ਇਹ ਮੰਨਦਾ ਨਹੀਂ ਛੇਤੀ ਛੇਤੀ। ਬਾਕੀ ਮੈਂ ਬਾਹਰ ਲਾ ਕੇ ਦੇਖ ਲੂੰਗੀ ਜੇ ਮੰਨ ਜੂਗਾ ਤਾਂ। ਠੀਕ ਹੈ ਭੈਣ ਜੀ, ਚੱਲ ਸੁਖਪਾਲ ਚੱਲੀਏ ਪੁੱਤ, ਮੈਨੂੰ ਤਾਂ ਆਪ ਲੱਗਦਾ ਹੈਗਾ ਵੀ ਟਾਈਮ ਟੱਪ ਗਿਆ ਹੁਣ ਤਾਂ। ਦੇਖ ਪੁੱਤ ਤੈਨੂੰ ਮੈਂ ਐਂ ਕਹਿੰਦੀ ਹਾਂ, ਤੂੰ ਆਪਦਾ ਘਰ ਨਾ ਪੱਟ, ਜੇ ਉਹਨੂੰ ਪਛਤਾਵਾ ਹੈ ਆਪਾਂ ਉਹਨੂੰ ਮਾਫ਼ ਕਰ ਦਈਏ। ਮੈਂ ਕਿਹੜਾ ਉਹਨੂੰ ਤਲਾਕ ਦੇਣ ਲੱਗਿਆ ਬੇਬੇ, ਕੋਈ ਨਾ ਥੋੜ੍ਹੇ ਦਿਨ ਹੋਰ ਭੱਜ ਲੈਣ ਦੇ ਉਹਨੂੰ, ਫਿਰ ਲੈ ਆਵਾਂਗੇ। ਉਹਦੀ ਬੇਬੇ ਨੇ ਮੈਨੂੰ ਇਹ ਸਾਰਾ ਕੁਛ ਕਰਨ ਨੂੰ ਕਿਹਾ, ਉਹਦੇ ਕਹਿਣ 'ਤੇ ਮੈਂ ਸੁੰਮਣ ਭੇਜੇ ਸੀ ਤਲਾਕ ਦੇ ਟੈਂਪਰੇਰੀ ਜੇ। ਅੱਛਾ, ਉਹਦੀ ਬੇਬੇ ਨੇ ਕਿਹਾ ਸੀ? ਹਾਂ, ਉਹਦੀ ਬੇਬੇ ਦੀ ਫੋਨ 'ਤੇ ਗੱਲ ਹੋਈ ਤੀ ਮੇਰੇ ਨਾਲ, ਉਹਨੇ ਸੁੰਮਣ ਭੇਜਣ ਨੂੰ ਕਿਹਾ ਤੀ ਤਲਾਕ ਦੇ, ਨਾਲੇ ਮੈਨੂੰ ਕਹਿੰਦੀ ਇੱਕਦਮ ਨਾ ਮੰਨੇ। ਅੱਛਾ ਅੱਛਾ, ਉਹਨੂੰ ਹੁਣ ਪਤਾ ਲੱਗ ਗਿਆ ਬੇਬੇ ਵੀ ਮੇਰੀ ਧੀ ਦੀ ਗਲਤੀ ਤੀ ਸਾਰੀ। ਚੱਲ ਸ਼ੁਕਰ ਆ ਪਰਮਾਤਮਾ ਦਾ। ਹਾਂ ਲੈ ਆਵਾਂਗੇ, ਕੋਈ ਨਾ ਤੂੰ ਫਿਕਰ ਨਾ ਕਰ, ਥੋੜ੍ਹੇ ਦਿਨਾਂ ਤੱਕ ਜਾ ਕੇ ਲੈ ਆਵਾਂਗੇ ਆਪਾਂ। ਚੱਲ ਠੀਕ ਆ ਪੁੱਤ। ਹਾਂ ਬਾਕੀ ਬੱਬੀ ਦੀ ਘਰਵਾਲੀ ਨੂੰ ਵੀ ਲਿਆਉਣਾ ਪਊਗਾ ਮੈਨੂੰ ਜਾ ਕੇ। ਠੀਕ ਆ ਪੁੱਤ, ਫਿਰ ਉਹਨੂੰ ਵੀ ਲੈ ਆਇਓ।
ਮੈਨੂੰ ਮਾਫ ਕਰ ਦੇ ਬੇਬੇ, ਹੁਣ ਮੈਂ ਕਦੇ ਇਹੀ ਜਿਹੀ ਗਲਤੀ ਨਹੀਂ ਕਰਦੀ। ਮੇਰੀਆਂ ਅੱਖਾਂ ਖੁੱਲ ਗਈਆਂ ਬੇਬੇ, ਮੇਰਾ ਹੰਕਾਰ ਟੁੱਟ ਗਿਆ। ਚੱਲ ਕੋਈ ਗੱਲ ਨਹੀਂ ਪੁੱਤ, ਇਨਸਾਨਾਂ ਤੋਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ, ਪ੍ਰੀਤ ਲਾਈਟ ਐਂਡ ਸਾਊਂਡ ਭਿੱਖੀ ਪਿੰਡ, ਹਰਿੰਦਰਪਾਲ ਸਿੰਘ ਨੈਣਕਲਾਂ, ਪੂਜਾ ਕੌਰ ਰੱਤੇਵਾਲਾ, ਸ਼ਿੰਦਰਪਾਲ ਕੌਰ ਕੂਲਰੀਆਂ, ਰੀਤ ਗਰੇਵਾਲ, ਕਿਰਨਦੀਪ ਕੌਰ ਤਪਾ ਮੰਡੀ, ਅਮਰ ਬਰਾੜ ਬੱਗਿਆਣਾ ਫਰੀਦਕੋਟ, ਰਣਵੀਰ ਖੁਸ਼ੀ, ਕਮਲਜੀਤ ਕੌਰ ਬਰਾੜ ਅਤੇ ਅੰਮ੍ਰਿਤਪਾਲ ਕੌਰ, ਜੋਬਨਪ੍ਰੀਤ ਪੰਜੇਤਾ, ਗੁਰਬਖਸ਼ ਕੌਰ ਸਿਧਾਰਥ ਨਗਰ ਬੂਟਾ ਮੰਡੀ, ਕੁਲਵਿੰਦਰ ਜਰਮਨੀ, ਸੰਦੀਪ ਔਜਲਾ ਫੈਮਿਲੀ ਇਟਲੀ ਪਿੰਡ ਘੁਰਾਲਾ, ਗੁਰਮੀਤ ਸਿੰਘ ਪੁੜਿਆਰ ਲਾਲਬਾਈ, ਧਰਮ ਸਿੰਘ ਚਚੋਹਰ, ਹਰਦੀਪ ਕੌਰ ਬਸਰਾਓ, ਲਖਵਿੰਦਰ ਕੌਰ ਲਖੇਤਾ, ਸਾਹਿਬ ਢਿੱਲੋਂ ਆਸਟ੍ਰੇਲੀਆ, ਗੁਰਲਾਲ ਸਿੰਘ ਪਿੰਡ ਮਾਣਾ ਸਿੰਘਾਲਾ, ਅੰਮ੍ਰਿਤਪਾਲ ਸਿੰਘ ਝੰਡੂਕੇ, ਕਰਨੈਲ ਸਿੰਘ ਲਹਿਰਾ ਗਾਗਾ, ਭੁਪਿੰਦਰ ਸਿੰਘ ਦਿਓਲ, ਰਣਜੀਤ ਕੌਰ, ਮਲਕੀਤ ਸਿੰਘ ਸੁਨਾਮ, ਜਸ਼ਨਦੀਪ ਗਹਿਲ, ਅਮਰੀਕ ਸਿੰਘ ਸੁੱਖਾ ਸਿੰਘਾਲਾ, ਸ਼ਰਮਾ ਕਾਰਵਾਸ਼ ਅਮਲੋ, ਜਸਦੀਪ ਸਿੰਘ ਬਾਂਦਰ ਅਤੇ ਨਵਜੋਤ ਢਿੱਲੋਂ। ਬਾਕੀ ਨੈਕਸਟ ਵੀਡੀਓ 'ਚ ਬਹੁਤ ਬਹੁਤ ਧੰਨਵਾਦ, ਸਾਨੂੰ ਇੰਨਾ ਪਿਆਰ ਸਤਿਕਾਰ ਜਿਹੜਾ ਤੁਸੀਂ ਦੇ ਰਹੇ ਹੋ, ਪਿੰਡੂ ਵਿਰਸਾ ਨੂੰ ਘਰਾਂ ਦੀ ਰੌਣਕ ਬਣਾ ਰਹੇ ਹੋ। ਹੁਣ ਬਈ ਆਪਣੇ ਸੀਜ਼ਨ ਦਾ ਕੰਮ ਹੈ, ਥੱਕੇ ਹਾਰੇ ਆਉਂਦੇ ਹੋ, ਸਾਡੀ ਵੀਡੀਓ ਦੇਖਿਆ ਕਰੋ, ਥਕਾਵਟ ਸਾਰੀ ਲੈ ਜਾਂਦੀ ਹੈ ਅਤੇ ਗਾਹ ਸ਼ੇਅਰ ਜ਼ਰੂਰ ਕਰਦਿਆ ਕਰੋ। ਸ਼ੂਗਰ ਅਤੇ ਬੀ ਪੀ ਵਾਲਿਆਂ ਵਾਸਤੇ ਦਵਾਈਆਂ ਸੀ, ਹਾਂ ਇਹ ਸਾਨੂੰ ਫੀਡਬੈਕ ਹੈ, ਰੋਜ਼ ਇਸ ਫੋਨ 'ਤੇ ਤੁਹਾਡੀ ਆਉਂਦੀ ਹੈ, ਸ਼ੁਕਰੀਆ ਜੀ, ਮਿਹਰਬਾਨੀ, ਲਵ ਯੂ ਆਲ।